ਇਹ ਵਾਰ ਮਨ ਦੇ ਖਿਆਲ ਹੁੰਦੇ ਨੇ ਜਿਵੇਂ ਇੱਕ ਪਰਿਵਾਰ ਅੱਗੇ ਆਪਣੇ ਪ੍ਰਾਣੀਆਂ ਸਵਾਤਾ ਹੁੰਦੀਆਂ ਸਵਾਤਾ ਔਰ ਲਟਾਈਨ ਜਿਹੜੀ ਹੁੰਦੀ ਕੱਚੀਆਂ ਕੰਦਾ ਹੁੰਦੀਆਂ ਇੱਕੋ ਹੀ ਕਮਰਾ ਹੁੰਦਾ ਸਾਰੇ ਪਰਿਵਾਰ ਦਾ ਰਸੋਈ ਬਾਹਰ ਬੇੜੇ ਚ ਹੁੰਦਾ ਚੁੱਲਾ ਪਿਆਰਿਓ ਸਿਆਲ ਦੀਆਂ ਰਾਤਾਂ ਸੀ ਰਜਾਈਆਂ ਕੱਡੀਆਂ ਹੋਈਆਂ ਸੀ ਐ ਸਵਾਦ ਦੇ ਚ ਪਾਲੋ ਪਾਲ ਮੰਜੇ ਪੁੰਡਾਏ ਹੋਏ ਤੇ ਆਮ ਗੇਟ ਦੇ ਕੋਲੇ ਬਾਰੀ ਸੀ ਇੱਕ ਰੱਖੀ ਹੋਈ ਬਾਰੀ ਬਾਰੀ ਕੋਲੇ ਘਰ ਦੇ ਬਜ਼ੁਰਗ ਦਾ ਮੰਜਾ ਸੀ ਲਾਹਿਆ ਹੋਇਆ ਹੁਣ ਆਪਦੀਆਂ ਰਾਏਵਾੜੀਆਂ ਕਰੀ ਜਾਂਦੇ ਨੇ ਗੱਲਾਂ ਕਰਦੇ ਇਹਨੂੰ 10 ਵਜ ਗਏ ਵੱਡਾ ਮੁੰਡਾ ਕਹਿੰਦਾ ਸਿਆਣਾ ਸੀ ਕਹਿੰਦਾ ਬਾਪੂ ਲੈ ਹੁਣ ਆਪਾਂ ਪੈ ਜੀਏ ਤੜਕੇ ਸਵੇਹਾ ਉੱਠਾਂਗੇ ਕੰਮ ਧੰਦੇ ਲੱਗਾਂਗੇ ਆ ਤੇਰੇ ਕੋਲੇ ਮੋਰੀ ਚ ਦੀਵਾ ਪਿਆ ਐ ਇਹਦੇ ਤੇ ਮੜੇ ਜਾ ਹੱਥ ਮਾਰਦੇ ਦੀਵਾ ਬਜਾ ਦੇ ਮੋੜਾ ਤਾਂ ਚਾਰੇ ਪੈਰ ਚੱਕ ਕੇ ਪਿਆ ਮੈਨਾ ਹੋਏ ਪਹਿਲਾ ਤਾਂ ਹਲਵਾ ਹੈ ਹੈ ਡੰਗਰ ਚਾਰੇ ਤੁਸੀਂ ਪਾਲੇ ਐਡੇ ਐਡੇ ਕੰਮ ਕਰਕੇ ਜ਼ਮੀਨਾਂ ਖਰੀਦੀਆਂ ਅਜੇ ਵੀ ਬੁੜੇ ਨੂੰ ਕੰਮ ਦੱਸਣਾ ਨਹੀਂ ਹਟਦੇ ਹੈ ਤੁਹਾਡੇ ਗੋਡੇ ਟੁੱਟ ਗਏ ਥੋਤ ਨਹੀਂ ਦੀ ਬਾਪੂ ਜੀ ਬੁੜੀ ਕਹਿੰਦੀ ਡੁੱਬ ਜਾਣਿਆ ਕਿਉਂ ਭੱਜ ਭੱਜ ਪੈਣਾ ਦੀਵਾ ਤਾਂ ਬਥੇਰਾ ਬਜਾ ਦੇਨਗੇ ਮੁੰਡੇ ਜਿਹੜਾ ਬਜਾ ਕੇ ਦੀਵਾ ਮੁੜੂਗਾ ਹਨੇਰਾ ਹੋ ਜੂ ਮੰਜੇ ਸਾਰੇ ਡਹੇ ਪਏ ਨੇ ਕਿਸੇ ਦਾ ਗੋਡਾ ਲੱਗੂ ਵਿੱਚ ਮੰਜੇ ਦੇ ਹੈ ਤਾਂ ਤਾਂ ਉੱਠਣਾ ਵੀ ਨਹੀਂ ਹੈ ਪਏ ਪਏ ਨੇ ਹੱਥੇ ਮਾਰਨਾ ਮੜੇ ਜੀ ਹੱਥ ਮਾਰਦੇ ਦੀਵੇ ਤੇ ਇਹ ਕੀ ਵਾਜਨ ਚੱਕਣਾ ਮੋੜਾ ਕਹਿੰਦਾ ਸਾਰਾ ਟੱਬਰੀ ਹੱਥ ਧੋਕੇ ਮਗਰ ਪੈ ਗਿਆ ਚੱਕਣਾ ਨਹੀਂ ਪਿਆ ਪਿਆ ਕਹਿੰਦਾ ਫਿਰ ਬੁੜਾ ਵੀ ਰਜਾਈ ਚੋਂ ਨਹੀਂ ਉੱਠਿਆ ਆ ਹੱਥ ਨਹੀਂ ਕੱਢਿਆ ਕਹਿੰਦਾ ਏ ਨਾ ਇਹਨਾਂ ਦੇ ਵੀ ਤੇਰੇ ਚਾਲੇ ਆਵਾ ਜੇ ਦੀਵਾ ਬਜਾ ਦੇ ਮੋੜਾ ਤਾਂ ਕਹਿ ਕੇ ਹਟਾਈ ਤੀ ਦੀਵਾ ਤਾਂ ਪੜਕ ਦੇ ਕੇ ਬੁੱਝ ਗਿਆ ਖਬਰ ਨਹੀਂ ਪਾਈ ਤੱਕੀ ਜੋ ਹਵਾਈ ਖਬਰ ਨਹੀਂ ਮਾਈ ਦੀ ਕਿਰਪਾ ਹੋਈ ਸਾਰਾ ਕਬਰ ਨੇ ਤਾੜੀ ਪਾਤੀ ਕਹਿੰਦੇ ਓਏ ਆਪਾਂ ਤਾਂ ਬਾਪੂ ਨੂੰ ਹੀ ਸਮਝਦੇ ਆਂ ਭੋਲਾ ਜਾ ਬਾਪੂ ਦੇ ਤਾਂ ਮਾਈ ਪ੍ਰਸਿੱਧਾ ਹੈ ਦੇਵੀ ਪ੍ਰਸਿੱਧਾ ਬਾਪੂ ਦਾ ਤਾਂ ਦੀਵਾ ਉਹ ਹੀ ਬਜਾਤਾ ਆਹਾਹਾਹਾਹਾ ਮੁੜੀ ਕਹਿੰਨੀ ਉਹ ਹੀ ਕਮਲਾ ਜਾਂ ਲੱਗਦਾ ਬਥੇਰੀਏ ਚਾਲੇ ਗਿਆ ਲਾਈ ਵੀ ਪਿਆਰਿਓ 6 ਮਹੀਨੇ ਬੀਤਤ ਹੋ ਗਏ ਸੌਣ ਦਾ ਮਹੀਨਾ ਆ ਗਿਆ ਗਮਾਂਡੀਆਂ ਦੇ ਮੁੰਡੇ ਨੇ ਨਾ ਦੇਵੀ ਦੀ ਤਿਆਰੀ ਕਰਦੇ ਨੇ ਝੋਲਿਆਂ ਚਪਾਲੇ ਕੱਪੜੇ ਮੋਢੇ ਟੰਗਲੇ ਉਹ ਮਾਈ ਦੀ ਨਿਗਾਹ ਪੈਗੀ ਮਾਈ ਕਹਿੰਦੀ ਵੇ ਮੁੰਡਿਓ ਭਾਈ ਅੱਜ ਕਿੱਥੇ ਨੂੰ ਤਿਆਰੀ ਕਰੀਆ ਮੇਬੇ ਨਾਇਣਾ ਦੇਵੀ ਦੇ ਚਾਲੇ ਜਾਣਿਆ ਵੇ ਖੜਜੋ ਭਾਈ ਵੇ ਤੁਹਾਡਾ ਤਾਇਆ ਵੀ ਜਾਊਗਾ ਉਹਦੀ ਵੀ ਸੁੱਖ ਰਹਿੰਦੀ ਐ ਖੁੰਡਾਂ ਤੇ ਬੈਠੇ ਬੁੜੇ ਨੂੰ ਠਾ ਲਈ ਆ ਜਾ ਆ ਜਾ ਕੋਲੇ ਜਾ ਬਾਪੂ ਘਰੇ ਆ ਪੰਜ ਕੇ ਛੀ ਦੇ ਕੇ ਆ ਬੁੜੇ ਨੇ ਸੋਚਿਆ ਪਤਾ ਨਹੀਂ ਕੀ ਕੰਮ ਹੋਣਾ ਆ ਗਿਆ ਆ ਕੇ ਵੇੜੇ 'ਚ ਐ ਖੜ ਗਿਆ ਬੁੜੇ ਨੇ ਐ ਤਾਂ ਕਾਤ ਤੇਰੇ ਹੋਏ ਤੇ ਹਥਾਂ ਬੋਲ ਕੀ ਕਹਿਨੀ ਐ ਕਹਿੰਦੀ ਕੀ ਆ ਆ ਮੁੰਡੇ ਜਾਂਦੇ ਨੇ ਨੈਣਾ ਦੇਵੀ ਜਾਬ ਦੀ ਸੁੱਖ ਲਾ ਕੇ ਆ ਕਹਿੰਦਾ ਕਿਹੜੀ ਸੁੱਖ ਲਾਏ ਕਿਹੜੀ ਸੁੱਖ ਕਹਿੰਦਾ ਹੁਣ ਤਾਂ ਉਦਨ ਸੁੱਖਿਆ ਨਹੀਂ ਸੀ ਵਿਚਾਲੇ ਆਉਂਗਾ ਮਾਈ ਦੀਵਾ ਬਜਾ ਦੇ ਉਹ ਕਹਿੰਦਾ ਹਾਂ ਬੋ ਨਹੀਂ ਮਾ ਦੀਏਤੀਏ ਤੇਰੇ ਵਰਗੀ ਬੌਲੀ ਆ ਨੈਣਾ ਦੇਵੀ ਉਹਨੂੰ ਨਹੀਂ ਪਤਾ ਵੀ ਇਹ ਤਾਂ ਉੱਠ ਕੇ ਦੀਵਾ ਨਹੀਂ ਬੁਝਾ ਚੱਲੇ ਕਿਵੇਂ ਆਊਗਾ